मैं हरप्रीत सिंह कुआली प्रधान जिला कानूको एसोसीएशन अमृतसर। ये जिहड़ा संघर्ष आ साडा ये 2 महीने तो चल रहा, कोई साडियां बहुतियां वड्डियां मंगा नहीं, मंगा बिल्कुल जायज़ है जी। की साडियां मंगा ने कि सानू कंप्यूटर चाहिए, क्योंकि कंप्यूटर एक हुण जिहड़ी आ इस युग दे विच एक लाजमी चीज़ बन गई है, कंप्यूटर तो बिना ये काम नहीं चलता। की साडी होर की मंग है कानूगोआं दी जी, सानू दफ्तर चाहिए। दसो जे साडे कोल दफ्तर ही ना होगा तो असीं कित्थे बैठांगे, जे दफ्तर भी नहीं साडे कोल, कोई फर्नीचर नहीं साडे कोल, इत्थों तक भी साडे हुण लड़कियां भी जिहड़ियां ओह भी आ गईआं वा साडे कानूगो दे विच भी जां परिवारियां विच भी, कोई साडा वाशरूम नहीं, कोई वाशरूम नहीं, कोई साडा साथी वो वाशरूम साफ कर, वाशरूम नहीं साफ होना की करना वा। साडियां ये कानूगो दीआं मंगां वा जी भी एक जिहड़ा वा कानूगो सत्ता पटवारियां पिछे कर दिता जाए, अते जिहड़ी साडी भर्ती कानूगोआं दी 50% तों कानूगो तों नैबसीदार बणदे आ, ये 100% साडी कानूगो तों ही नैबसीदार बणाए जाण, ये साडियां जिहड़ी मुख मंग है। जे साडियां मंगां नहीं पूरियां होंदियां ते पंजाब बॉडी दे देश मुताबक ये संघर्ष जिहड़ा वा ओह होर तिखा होऊगा। आने वाले समय दे विच असीं लड़ांगे जिदा भी जिन्नी भी जोगे आ, जे जो भी सानू पंजाब बॉडी संदेश देगी उहदे मुताबक ही असीं जिहड़े आप दी लड़ाई जिहड़ी आ पुर जोर ते तगड़े होके लड़ांगे। ਸਰਕਾਰ ਦੇ ਵਿਰੁੱਧ ਆਪਣਾ ਜਿਹੜਾ ਪ੍ਰੋਟੈਸਟ ਆ ਜਾਰ ਕਰ ਰਹੇ ਹਾਂ, ਪਰ ਸਰਕਾਰ ਕਿਸੇ ਵੀ ਮੁਲਾਜ਼ਮਾਂ ਦੀਆਂ, ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਕਿਸੇ ਦੀਆਂ ਵੀ ਮੰਗਾਂ ਦੇ ਵੱਲ ਉਹ ਕੰਨ ਨਹੀਂ ਕਰ ਰਹੀ। ਇਹਦਾ ਜਿਹੜਾ ਖਮਿਆਜਾ ਵਾ ਸਰਕਾਰ ਨੂੰ ਜ਼ਰੂਰ ਆ, ਜਿਹੜੀ ਆ 2022 'ਚ ਚੋਣ ਆ ਰਹੀ ਆ, ਇਹਦੇ ਜ਼ਰੂਰ ਭੁਗਤਣਾ ਪਊਗਾ ਜੀ। ਸਾਡੀਆਂ ਮੇਨ ਜੀ ਵੇਖੋ, ਸਾਡੀ ਭਰਤੀ ਜਿਹੜੀ ਆ 3000 ਪਟਵਾਰੀ ਸਾਨੂੰ ਚਾਹੀਦਾ, ਸਾਡੀ ਮੁੱਖ ਮੰਗ ਆ ਸਾਡੀ ਭਰਤੀ ਬਹੁਤ ਛੇਤੀ ਕੀਤੀ ਜਾਵੇ, ਸਾਨੂੰ ਕੰਪਿਊਟਰ ਮੁਹੱਈਆ ਕਰਾਏ ਜਾਣ। ਸਾਡੇ ਬੱਚਿਆਂ ਦਾ ਪਰ ਕਾਲ ਦਾ ਸਮਾਂ ਵਾ ਉਹ 5 ਸਾਲ ਦਾ ਬਣਦਾ ਵਾ, ਉਹਨਾਂ ਦਾ ਟ੍ਰੇਨਿੰਗ ਕਾਲ ਦਾ ਸਮਾਂ ਪਰ ਕਾਲ ਦੇ ਵਿੱਚ ਗਿਣ ਕੇ ਉਹਨਾਂ ਨੂੰ ਪਰ ਕਾਲ ਦੀ ਤਨਖਾਹ ਦਿੱਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਜਿਹੜੀ ਪੇ ਕਮੀਜ਼ ਦੇ ਤਰੁੱਟੀਆਂ ਵਾ ਉਹਨਾਂ ਨੂੰ ਦੂਰ ਕਰਕੇ ਰਿਪੋਰਟ ਜਾਰੀ ਕਰਨੀ। ਵੇਖੋ ਜੇ ਨਾ ਆ ਸਾਡੀ ਪੰਜਾਬ ਪਾਰਟੀ ਜੋ ਵੀ ਸਾਨੂੰ ਐਲਾਨ ਕਰੂਗੀ, ਅਸੀਂ ਪੰਜਾਬ ਪਾਰਟੀ ਦੇ ਤਾਲਮੇਲ ਕਮੇਟੀ ਪੰਜਾਬ ਦੇ ਦੇਸ਼ ਦੇ ਆ ਧਰਨੇ ਲਾ ਰਹੇ ਹਾਂ। ਇਹ ਤੋਂ ਅਗਲਾ ਐਕਸ਼ਨ ਜਿਹੜਾ ਵਾ ਅਸੀਂ ਕੰਪਿਊਟਰ ਦੀ ਮੰਗ ਕੀਤੀ ਆ, 31 ਅਗਸਤ ਤੱਕ ਸਰਕਾਰ ਅਗਰ ਸਾਨੂੰ ਕੰਪਿਊਟਰ ਨਹੀਂ ਮੁਹੱਈਆ ਕਰਾਉਂਦੀ ਤੇ 1 ਸਤੰਬਰ ਤੋਂ ਅਸੀਂ ਸਾਰਾ ਹੀ ਆਨਲਾਈਨ ਕੰਮ ਬੰਦ ਕਰਕੇ ਆਪਣੇ ਕਲਮੀ ਕੰਮ ਕਰਨਾ ਸ਼ੁਰੂ ਕਰਾਂਗੇ ਜੀ। ਭਰਤੀ ਦੀ ਗੱਲ ਕੀਤੀ ਜਾ ਰਹੀ, ਭਰਤੀ ਤੇ ਸਰਕਾਰ ਨੇ ਕੱਢੀ ਹੈ ਪਟਵਾਰੀ? ਨਹੀਂ ਜੀ, ਸਾਨੂੰ 3000 ਪਟਵਾਰੀ ਚਾਹੀਦਾ ਜੀ। ਇੱਕ ਅੱਜ ਉਹ ਇਸ਼ਤਿਹਾਰ ਦਿੰਦੇ ਆ ਨਾ ਜੀ ਭਰਤੀ ਦਾ, ਪਟਵਾਰੀ ਨੂੰ 2 ਸਾਲ ਲੱਗ ਜਾਂਦੇ ਆ ਪਟਵਾਰੀ ਬਣਦੇ ਆ, 1.5 ਸਾਲ ਦੀ ਟ੍ਰੇਨਿੰਗ ਆ, 6 ਮਹੀਨਿਆਂ ਦੇ ਵਿੱਚ ਹੋਰ ਪ੍ਰੋਸੈਸ ਆ। ਹੁਣ ਅੱਜ ਜਿਹੜੇ ਭਰਤੀ ਕਰਨਗੇ ਉਹ 2 ਸਾਲ ਬਾਅਦ ਜਾ ਕੇ ਪਟਵਾਰੀ ਲੱਗਣੇ ਆ। ਅੱਜ ਸਾਡੇ ਮੰਨ ਲਓ 2500 ਪਟਵਾਰੀ ਦੀ ਵੈਕੈਂਸੀ ਖਾਲੀ ਆ, ਇਹ 1000 ਲੱਗੇ ਰੱਖਣ, ਇਹ 1000 ਜਦੋਂ ਆਉਣੇ ਆ ਨਾ 1000 ਬੰਦਾ ਸਾਡਾ ਹੋਰ ਰਿਟਾਇਰ ਹੋ ਜਾਣਾ ਵਾ। ਇਹ ਸਰਕਾਰ ਲੂੰਬੜ ਚਾਲਾਂ ਖੇਡ ਰਹੀ ਆ ਜੀ, ਉਹ ਨਹੀਂ ਭਰਤੀ ਕਰ ਰਹੀ ਜੀ। ਇਹ ਵੀ ਇਹਦੀ ਪਤਾ ਸਾ, ਇਹ ਭਰਤੀ ਦੇ ਰੇਟੀ ਹੋ ਗਈ ਅਤੇ ਉਹ ਆਪਣਾ ਵੇਲਾ ਕੱਢਣ ਰਹੀ ਆ, ਰੇਟ ਵੀ ਹੋ ਸਕਦੇ ਆ ਭਰਤੀ ਦੇ, ਜੇ ਬੜਾ ਕੁਝ ਹੋ ਸਕਦਾ। ਸਰਕਾਰ ਮੰਗਾਂ ਨਹੀਂ ਪੂਰੀਆਂ ਕਰਦੀ, ਕੀ ਕਰੋ? ਅਸੀਂ ਵੇਖੋ ਜੀ ਆਪਣੇ ਪ੍ਰੋਟੈਸਟ ਯਾਰ ਕਰਾਂਗੇ ਜਿੱਦਾਂ ਅਸੀਂ ਡਏ ਹਾਂ, ਇਹ ਤੋਂ ਵੀ ਸਖਤ ਜਿਹੜੇ ਫੈਸਲੇ ਆ ਸਾਡੇ ਜਦੋਂ ਆਉਣਗੇ ਸਾਡੀ ਪੰਜਾਬ ਵਾਲੀ ਦਊਗੀ, ਅਸੀਂ ਅਮਲ ਕਰਾਂਗੇ ਉਹਨਾਂ ਦੇ।